ਟੱਟੜ ਹੋ ਜਾ ਤੁਹਾਡੀ ਖਾਤਰ ਹਜ਼ੂਰ, ਮੈਂ ਤਾਂ ਸਮੁੰਦਰ ਪੀ ਕੇ ਵੀ ਡਕਾਰ ਨਾ ਮਾਰਾਂ। ਬੰਦ ਕਰੋ, ਤੈਨੂੰ ਫਸਾਉਣ ਨੂੰ ਫਿਰਦਾ, ਤੂੰ ਫਸ ਜਾ, ਪਰ ਮੈਨੂੰ ਲੱਗਦਾ ਤੂੰ ਫਸ ਜਾਏਗੀ, ਇਹ ਤੈਨੂੰ ਫਸਾਏ ਬਿਨਾਂ ਹਟਦਾ ਤਾਂ ਨਹੀਂ ਨੇ। ਕੀ ਕਰ ਲੇਗਾ ਓਏ, ਸਾਰੀ ਜੰਜ ਨਾਲ ਆ ਮੇਰੇ। ਜੰਜ ਜਿੰਨੀ ਮਰਜ਼ੀ ਵੱਡੀ ਹੋਵੇ, ਪਿੰਡ ਤੋਂ ਵੱਡੀ ਨਹੀਂ। ਦੋ ਕੰਮ ਮੈਂ ਰੋਜ਼ ਕਰਦਾ ਥਾਣੇਦਾਰ ਸਾਹਿਬ, ਨਾਮ ਜਪਣਾ ਤੇ ਕੇਸ ਛਕਣਾ। ਜ਼ੋਰ ਤਾਂ ਮੇਰੇ 'ਚ ਬਹੁਤ ਹੈ, ਕਦੇ ਅਜ਼ਮਾ ਕੇ ਨਾ ਦੇ। ਨੀਲੀ ਪੱਗ ਬੰਨੇ ਫੋਡ ਲੱਗਦਾ, ਹਰੀ ਪੱਗ ਬੰਨੇ ਲੱਗੇ ਜੌਨ ਡੀਅਰ ਵਰਗਾ, ਫੇ ਮੈਂ ਜੱਟ ਦੀ ਜ਼ਮੀਨ ਵਰਗੀ, ਮੇਰਾ ਟਰੈਕਟਰ ਬਿਨਾ ਨਹੀਂ ਹੋ ਸਰਦਾ। ਢੱਲੋਂ ਨੇ ਐਵੇਂ ਨਹੀਂ ਕਾਲਾ ਕੋਟ ਪਾਇਆ, ਆਹੋ ਰਫੂ ਕਰਾ ਕੇ ਪਾਇਆ। ਉਹ ਤੇਰੀ ਮੈਂ ਕੱਢੋ ਕੱਢੋ ਆ ਮੂੰਹ 'ਚ ਜੀਵ ਚੂਰਨ ਚੱਟਣ ਨੂੰ ਰੱਖੀ, ਭੈੜੇ ਭੈੜੇ ਐਕਸ਼ਨ ਕਰਦਾ, ਮੂੰਹੋ ਨਹੀਂ ਫੁੱਟ ਸਕਦਾ। ਪੂਰਵ ਮੁੱਖ ਮੰਤਰੀ ਪ੍ਰਤਾਪ ਸਿੰਘ ਗਹਿਲੋਤ ਨੇ ਤੇ ਮੇਰੇ ਨਾਲ ਨੇ ਰਘਵੀਰ ਸਿੰਘ ਜੋ ਕੈਪੀਟਲ ਸਿਨੇਮਾ ਦੇ ਮੈਨੇਜਰ ਨੇ। ਆਪਾਂ ਉਹਨਾਂ ਨਾਲ ਕੈਪੀਟਲ ਸਿਨੇਮਾ ਦੇ ਬਾਰੇ ਵਿੱਚ ਜਾਣਕਾਰੀ ਲਵਾਂਗੇ, ਉਹਨਾਂ ਨਾਲ ਗੱਲਬਾਤ ਕਰਾਂਗੇ ਜੋ ਕਿੱਦਾਂ ਕਿੱਦਾਂ ਇਸ ਕਿੱਦਾਂ ਦਾ ਟਾਈਮ ਆਇਆ ਸਿਨੇਮੇ ਦੇ ਉੱਪਰ ਔਰ ਕਿੱਦਾਂ ਦਾ ਲੋਕਾਂ ਤੋਂ ਰਿਵਿਊ ਮਿਲੇ ਆ ਇਸ ਸਿਨੇਮੇ ਨੂੰ। ਹਾਂਜੀ ਸਰ, ਪਹਿਲਾਂ ਤਾਂ ਸਿਨੇਮੇ ਦੀ ਸ਼ੁਰੂਆਤ ਤੋਂ ਆਪਾਂ ਸ਼ੁਰੂ ਕਰਦੇ ਹਾਂ ਜੀ। ਹਾਂਜੀ, ਸਿਨੇਮੇ ਦੀ ਸ਼ੁਰੂਆਤ ਕਿਹੜੇ ਸਾਲ ਦੇ ਵਿੱਚ ਹੋਈ? ਸਿਨੇਮਾ ਦੀ ਸ਼ੁਰੂਆਤ ਇਹ 1961 ਵਿੱਚ ਪ੍ਰਤਾਪ ਸਿੰਘ ਕੈਰੋਂ ਜਿਹੜੇ ਉਸ ਟਾਈਮ ਦੇ ਆਪਣਾ CM ਸੀ ਪੰਜਾਬ ਦੇ, ਉਹਨਾਂ ਨੇ ਮਤਲਬ ਕਰਵਾਇਆ ਸੀਗਾ, ਇਹਨਾਂ ਨੂੰ ਬਣਵਾਇਆ ਹੈ। ਅਤੇ ਉਹਨਾਂ ਦੇ ਵਿੱਚ ਬਹੁਤ ਸਾਰੇ ਸਿਨੇਮੇ ਨੇ, ਪੰਜਾਬ 'ਚ ਵੀ ਨੇ, ਪੰਜਾਬ ਤੋਂ ਬਾਹਰ ਵੀ ਨੇ। ਅਤੇ ਉਹਨਾਂ ਨੇ ਲੋਕੇਸ਼ਨਾਂ ਜਿੱਥੇ ਵੀ ਬਣਾਇਆ ਹੈ ਸਿਨੇਮੇ, ਉਹ ਲੋਕੇਸ਼ਨਾਂ ਉਹਨਾਂ ਨੇ ਬੱਸ ਅੱਡੇ ਅਤੇ ਰੇਲਵੇ ਸਟੇਸ਼ਨ ਦੇ ਨੇੜੇ ਚੁਣੀਆਂ ਨੇ ਸਾਰੀਆਂ ਹੀ। ਉਹਦਾ ਰੀਜ਼ਨ ਇਹ ਹੁੰਦਾ ਸੀਗਾ ਕਿ ਪਹਿਲਾਂ ਜਿਹੜੇ ਆਵਾਜਾਈ ਦੇ ਸਾਧਨ ਸੀਗੇ ਉਹ ਜਾਂ ਤਾਂ ਮੇਨ ਤਾਂ ਬੱਸਾਂ ਹੀ ਹੁੰਦੀਆਂ ਸੀਗੀਆਂ ਜਾਂ ਫਿਰ ਰੇਲਵੇ ਸਟੇਸ਼ਨ ਸੀ ਵੱਧ ਤੋਂ ਵੱਧ। ਇਸ ਕਰਕੇ ਪਹਿਲਾਂ ਇੰਟਰਟੇਨਮੈਂਟ ਦਾ ਸੋਰਸ ਇੱਕੋ ਹੀ ਸੀਗਾ ਸਿਨੇਮੇ, ਅਤੇ ਇਸ ਕਰਕੇ ਪਬਲਿਕ ਨੂੰ ਸਿਨੇਮਾ ਤੱਕ ਪਹੁੰਚਣਾ ਸਿਖਾਲਾ ਹੁੰਦਾ ਸੀਗਾ। ਅਤੇ ਇੱਥੇ ਮਤਲਬ ਜਿੰਨੀਆਂ ਵੀ ਪੁਰਾਣੀਆਂ ਫਿਲਮਾਂ ਸਾਰੀਆਂ ਹੀ ਜੋ ਉਸ ਟਾਈਮ 'ਤੇ ਸੀਗੀਆਂ ਸਭ ਤਕਰੀਬਨ ਇੱਥੇ ਲੱਗੀਆਂ ਨੇ, ਹਿੱਟ ਫਿਲਮਾਂ ਗਈਆਂ ਸਭ। ਇੱਕ ਸਰ ਸਿਨੇਮੇ ਦਾ ਜੋ ਕੈਪੀਟਲ ਸਿਨੇਮਾ ਨਾਮ ਹੈ ਜੀ, ਕੈਪੀਟਲ ਸਿਨੇਮਾ ਸ਼ੁਰੂ ਤੋਂ ਹੀ ਨਾਮ ਚੱਲ ਰਿਹਾ ਜੀ? ਹਾਂਜੀ, ਇਹ ਕੈਪੀਟਲ ਸਿਨੇਮਾ ਸ਼ੁਰੂ ਤੋਂ ਹੀ ਕੈਰੋਂ ਸਾਹਿਬ ਨੇ ਰੱਖਿਆ ਸੀਗਾ, ਅਤੇ ਉਦੋਂ ਤੋਂ ਹੀ ਨਾਮ ਚੇਂਜ ਨਹੀਂ ਹੋਇਆ, ਹਜੇ ਤੱਕ ਵੀ ਅਸੀਂ ਕੈਪੀਟਲ ਸਿਨੇਮੇ ਨਹੀਂ ਚੱਲ ਰਹੇ। ਔਰ ਸਰ ਪਹਿਲੀ ਮੂਵੀ ਕਿਹੜੀ ਲੱਗੀ ਸੀਗੀ? ਦੇਖੋ ਜੀ, ਮੈਂ ਇੱਥੇ ਮੈਨੂੰ 10 ਸਾਲ ਹੋ ਗਏ ਕੰਮ ਕਰਦਿਆਂ ਨੂੰ, ਪਰ ਮੈਨੂੰ ਪਹਿਲੀ ਮੂਵੀ ਦਾ ਨਹੀਂ ਪਤਾ ਕਿਹੜੀ ਸੀਗੀ ਲੱਗੀ ਇੱਥੇ, ਪਰ ਜੋ ਵੀ ਇੱਥੇ ਜਦੋਂ ਵੀ ਜਿਹੜੀਆਂ ਵੀ ਹਿੱਟ ਫਿਲਮਾਂ ਵਧੀਆ ਪਹਿਲਾਂ ਆਉਂਦੀਆਂ ਸੀਗੀਆਂ ਉਹ ਸਾਰੀਆਂ ਮਤਲਬ ਲੱਗਦੀਆਂ ਰਹੀਆਂ। ਹੁਣ ਪਹਿਲੀ ਮੂਵੀ ਦਾ ਨਾਮ ਨਹੀਂ ਆਪਾਂ ਨੂੰ ਚੱਲ ਸਕਦਾ। ਔਰ ਸਰ ਐਗਜ਼ੈਕਟ ਟਾਈਮ ਡੇਟ ਦਾ ਕੋਈ ਹੋਊਗਾ ਜੀ? ਐਗਜ਼ੈਕਟ ਡੇਟ ਕਿਹੜੀ? ਐਗਜ਼ੈਕਟ ਡੇਟ ਇਹ ਫਰਵਰੀ 1961 ਫਰਵਰੀ 'ਚ ਸ਼ੁਰੂ ਹੋਇਆ ਸੀਗਾ। 1961 ਫਰਵਰੀ 'ਚ ਸਭ ਤੋਂ ਵੱਡੀ ਗੱਲ ਹੈ ਕਿ ਇਹ ਸਿਨੇਮੇ ਨੂੰ ਉਸ ਟਾਈਮ ਬਣਾਉਣ 'ਚ ਉਹਨਾਂ ਨੇ ਸਿਰਫ 6 ਮਹੀਨਿਆਂ ਵਿੱਚ ਇਹ ਸਿਨੇਮਾ ਖੜ੍ਹਾ ਕਰ ਦਿੱਤਾ ਸੀ। ਕਿਆ ਬਾਤ ਹੈ ਜੀ। ਹਾਂਜੀ ਦੋਸਤੋ, ਜੋ ਸਭ ਤੋਂ ਵੱਡੀ ਗੱਲ, ਉਸ ਟਾਈਮ ਦੇ ਵਿੱਚ ਜੋ ਸੋਰਸ ਹੁੰਦੇ ਸੀ ਬਹੁਤ ਘੱਟ ਹੁੰਦੇ ਸੀਗੇ, ਜਿਵੇਂ ਕਹਿ ਦਈਏ ਵੀ ਕੋਈ ਬਿਲਡਿੰਗ ਐਡੀ ਵੱਡੀ ਖੜ੍ਹੀ ਕਰਨ ਦਾ ਹੀ ਬਹੁਤ ਵੱਡੀ ਗੱਲ ਹੁੰਦੀ। ਫਿਰ ਉਸ ਤੋਂ ਬਾਅਦ ਸਿਨੇਮਾ ਬਣਨਾ ਅਤੇ ਸਿਨੇਮੇ ਦੇ ਵਿੱਚ ਜੋ ਸਿਨੇਮੇ ਦਾ ਕੰਮ ਹੁੰਦਾ, ਸਕਰੀਨ ਤੋਂ ਲੈ ਕੇ ਪ੍ਰੋਜੈਕਟਰ ਤੱਕ ਦਾ ਕੰਮ ਹੁੰਦਾ, ਬਹੁਤ ਜ਼ਿਆਦਾ ਜੋ ਤਵੱਜੋ ਵਾਲਾ ਕੰਮ ਹੁੰਦਾ। ਅਤੇ ਉਹ ਸਿਨੇਮਾ ਫਿਰ ਵੀ 6 ਮਹੀਨਿਆਂ ਦੇ ਵਿੱਚ ਬਣਾ ਕੇ ਤਿਆਰ ਕਰ ਦਿੱਤਾ ਗਿਆ, ਜੋ ਬਹੁਤ ਵੱਡੀ ਗੱਲ ਹੈ।
ਤੇ ਸਰ ਇੰਨਾ ਛੇਤੀ ਬਣਾਉਣ ਦਾ ਕੋਈ ਕਾਰਨ ਸੀ? ਇੰਨਾ ਛੇਤੀ ਬਣਾਉਣ ਦਾ ਇਹੀ ਸੀਗਾ ਕਿ ਜਿੰਨਾ ਛੇਤੀ ਬਣੂਗਾ ਅਤੇ ਉਹਨਾਂ ਨੇ ਐਂ ਸੀਗਾ ਛੇਤੀ ਛੇਤੀ ਨੂੰ ਓਪਨ ਕਰੀਏ ਅਤੇ ਚਲਾਈਏ ਅਤੇ ਅਸੀਂ ਬਾਕੀ ਦਾ ਮੁਕਾਬਲਾ ਵੀ ਕਰ ਸਕੀਏ। ਠੀਕ ਹੈ। ਔਰ ਸਰ ਸਿਨੇਮੇ ਦੇ ਵਿੱਚ ਜਿੱਦਾਂ ਕਹਿ ਦਈਏ ਵੀ ਗ੍ਰਾਹਕ ਨੂੰ ਖਿੱਚਣ ਵਾਸਤੇ ਕਿਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਸੀ ਉਸ ਟਾਈਮ? ਪਹਿਲਾਂ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਸਾਡਾ ਤਾਂ ਉਸ ਟਾਈਮ ਦੇ ਹਿਸਾਬ ਨਾਲ ਸਾਡਾ ਗ੍ਰਾਹਕ ਨੂੰ ਖਿੱਚਣ ਦਾ ਇੱਕੋ ਹੀ ਮਕਸਦ ਸੀਗਾ ਅਤੇ ਸਾਡੇ ਕੋਲ ਜਿਹੜਾ ਪੋਜ਼ਿਟਿਵ ਪੁਆਇੰਟ ਸੀਗਾ ਕਿ ਅਸੀਂ ਸਿਨੇਮਾ ਹੀ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਦੇ ਨੇੜੇ ਬਣਾ ਲਿਆ। ਠੀਕ ਹੈ। ਅਤੇ ਕੋਈ ਦਿੱਕਤ ਨਹੀਂ ਆਉਂਦੀ ਸੀਗੀ ਕਿਉਂਕਿ ਉਦੋਂ ਆਵਾਜਾਈ ਦੇ ਸਾਧਨ ਬਹੁਤ ਘੱਟ ਸੀਗੇ, ਇਸ ਕਰਕੇ ਉਹ ਬੱਸਾਂ ਅਸੀਂ ਬੱਸ ਸਟੈਂਡ ਦੇ ਉਹਦੇ ਨੇੜੇ ਬਣ ਗਿਆ ਅਤੇ ਪਬਲਿਕ ਨੇੜੇ ਤੁਰਕ ਨਾਲ ਹੀ ਆ ਜਾਂਦੀ ਸੀ, ਸਾਡਾ ਸਿਨੇਮਾ ਬਿਲਕੁਲ ਨਾਲ ਹੀ ਹੈ, 2 ਮਿੰਟ ਦਾ ਰਸਤਾ ਵੀ ਨਹੀਂ ਹੈਗਾ। ਜੋ ਹੁਣ ਸਿਨੇਮੇ ਨੂੰ ਕੌਣ ਚਲਾ ਰਹੇ ਹੈ ਜੀ ਇਸ ਟਾਈਮ? ਇਸ ਟਾਈਮ ਪਿਛਲੇ ਪਿਛਲੇ 10 ਸਾਲਾਂ ਤੋਂ ਇਹ ਸਿਨੇਮੇ 'ਚ ਐਜ਼ ਏ ਮੈਨੇਜਰ ਹਾਂ, ਪਰ ਪਿਛਲੇ 5-6 ਮਹੀਨਿਆਂ ਤੋਂ ਮੈਂ ਮੈਨੇਜਰ ਵੀ ਹਾਂ ਅਤੇ ਮੈਂ ਖੁਦ ਆਪ ਹੀ ਓਨਰ ਹਾਂ। ਇਹ ਮੈਂ ਰੈਂਟ 'ਤੇ ਲੈ ਕੇ ਹੁਣ ਸਿਨੇਮਾ ਖੁਦ ਮੈਂ ਖੁਦ ਹੀ ਚਲਾ ਰਿਹਾ, ਜੋ ਪਿਕਚਰ ਜੋ ਵੀ ਐਰਾ ਜੋ ਵੀ ਕੁਛ ਹੈ ਇੱਥੇ ਉਹ ਹੁਣ ਮੈਂ ਆਪਣੀ ਮੇਰੀ ਮਰਜ਼ੀ ਦੇ ਨਾਲ ਹੀ ਚੱਲ ਰਿਹਾ ਹੈਗਾ। ਮੈਂ ਮੈਨੇਜਰ ਵੀ ਹਾਂ, ਮੈਨੇਜਮੈਂਟ ਵੀ ਮੇਰੇ ਕੋਲ ਹੀ ਹੈ ਅਤੇ ਮੈਂ ਆਪ ਹੀ ਪਿਕਚਰਾਂ ਜੋ ਵੀ ਲਗਾਉਣੀ ਹੈਗੀ ਆ ਉਹ ਵੀ ਮੇਰੇ ਹੱਥ 'ਚ ਆ, ਮੈਂ ਵੀ ਦੇਖੋ ਹੀ ਮੈਂ ਵੀ ਦੇਖਦਾ ਹਾਂ। ਜੋ ਦੋਸਤੋ ਬਹੁਤ ਵਧੀਆ ਗੱਲ ਹੈ ਜੀ, ਫਿਲਹਾਲ ਹੁਣ ਓਨਰ ਵੀ ਨੇ ਔਰ ਆਪ ਹੀ ਮੈਨੇਜ ਕਰ ਰਹੇ ਹੈ। ਹਾਂਜੀ, ਮੈਂ ਮਤਲਬ ਪਿਛਲੇ 10 ਸਾਲਾਂ 'ਚ ਮੈਂ ਐਜ ਏ ਅਸਿਸਟੈਂਟ ਮੈਨੇਜਰ ਆਇਆ ਸੀ ਇੱਥੇ, ਮੈਨੇਜਰ ਕੋਈ ਹੋਰ ਸੰਦੇਹ ਹੈ ਉਹਦੇ ਨਾਲ, ਮੈਂ ਪਹਿਲਾਂ ਮੈਨੇਜਰ ਦੇ ਨਾਲ ਮੈਂ ਘੱਟੋ ਘੱਟ 5-6 ਸਾਲ ਕੰਮ ਕੀਤਾ ਅਤੇ ਮੈਂ ਮਿਹਨਤ ਬਹੁਤ ਕੀਤੀ। ਮੈਨੇਜਰ ਉਹ ਘੱਟ ਹੀ ਕੰਮ ਕਰਦਾ ਸੀਗਾ ਅਤੇ ਦੇਖ ਰੇਖ ਮੈਂ ਹੀ ਕਰਦਾ ਸੀ ਉਦੋਂ, ਇਸ ਕਰਕੇ ਫਿਰ ਜਿਹੜੇ ਇਹਨਾਂ ਦੇ ਮਾਲਕ ਸੀਗੇ ਕੈਰੋ ਸਾਹਿਬ ਦੇ ਅੱਗੇ ਬੇਟਾ ਗੁਰਪ੍ਰਤਾਪ ਸਿੰਘ ਕਹਿ, ਉਹਨਾਂ ਨੇ ਦੇਖਿਆ ਕਿ ਮੁੰਡਾ ਆਪ ਹੀ ਬਹੁਤ ਮਿਹਨਤ ਕਰਦਾ, ਆਪ ਹੀ ਕੰਮ ਕਰਦਾ, ਫਿਰ ਉਹਨਾਂ ਨੇ ਇੱਕ ਸੋਚਿਆ ਵੀ ਕਿ ਇਹਨਾਂ ਨੂੰ ਇਸ ਨੂੰ ਮੈਂ ਇਹਨੂੰ ਕਿਉਂ ਨਾ ਰੈਂਟ ਦੇ ਦਿੱਤਾ ਜਾਵੇ ਅਤੇ ਫਿਰ ਉਹਨਾਂ ਨੇ ਮੈਨੂੰ ਸਰ ਮੇਰੇ ਸਾਰੇ ਸਹੀ ਕੰਮ ਦੇਖਦੇ ਹੋਏ, ਮਿਹਨਤ ਦੇਖਦੇ ਹੋਏ ਉਹਨਾਂ ਨੇ ਕਿਹਾ ਕਿ ਇਹ ਸਿਨੇਮਾ ਮੈਨੂੰ ਹੀ ਰੈਂਟ 'ਤੇ ਦੇ ਦਿੱਤਾ ਕਿ ਤੁਸੀਂ ਚਲਾਓ। ਅਤੇ ਪਿੱਛੇ ਥੋੜ੍ਹੇ ਜਿਹੇ ਸਿਨੇਮੇ ਦੇ ਮਾੜੇ ਹਾਲਾਤ ਵੀ ਰਹੇ ਨੇ, ਸਿਨੇਮੇ 'ਤੇ ਕਰਜ਼ਾ ਐਰਾ ਕਾਫੀ ਰਿਹਾ ਅਤੇ ਮੈਂ ਕਾਫੀ ਸਾਲਾਂ ਤੋਂ ਲੋਕਾਂ ਨੇ ਇਹਨਾਂ ਨੂੰ ਮਿਸਯੂਜ਼ ਕੀਤਾ, ਸਿਨੇਮੇ ਦੇ ਕਰਜ਼ੇ ਕੁਰਜ਼ੇ ਖੜੇ ਰਹੇ, ਮੈਂ ਆਪਣੇ ਟਾਈਮ ਦੇ ਬਿੜ 'ਚੋਂ ਕਰਜ਼ੇ ਕੁਰਜ਼ੇ ਲਾ ਕੇ ਹੁਣ ਸਿਨੇਮਾ ਬਿਲਕੁਲ ਸਹੀ ਤਰੀਕੇ ਨਾਲ ਚਲਾ ਰਿਹਾ। ਮੇਰਾ ਆਪ ਮੈਂ ਕਿਸੇ ਦੇ 5 ਰੁਪਏ ਨਹੀਂ ਹੋਣ ਦੇਣੇ ਹੈਗੇ, ਪਹਿਲਾਂ ਇਹਦੇ ਲੱਖਾਂ ਰੁਪਏ ਦਾ ਕਰਜ਼ਾ ਸੀ। ਦੋਸਤੋ ਬਹੁਤ ਵੱਡੀ ਗੱਲ ਹੈ, ਜੋ ਇੱਕ ਸਿਨੇਮਾ ਕਰਜ਼ੇ ਦੇ ਵਿੱਚ ਚੱਲ ਰਿਹਾ ਸੀਗਾ ਉਹਨੂੰ ਦੁਬਾਰਾ ਤੋਂ ਫਿਰ ਆਪਣੇ ਪੈਰਾਂ ਸਿਰ ਖੜੇ ਕਰਨ ਦੇ ਵਿੱਚ ਬਹੁਤ ਵੱਡਾ ਰੋਲ ਹੈ ਰਘਵੀਰ ਸਿੰਘ ਜੀ ਦਾ। ਆਪਾਂ ਇਹਨਾਂ ਤੋਂ ਹੋਰ ਜਾਣਕਾਰੀ ਅੱਗੇ ਲੈਂਦੇ ਹਾਂ ਜਿਸ ਸਿਨੇਮੇ ਦੇ ਵਿੱਚ ਜੋ ਫਿਲਮਾਂ ਕਿਸ ਤਰ੍ਹਾਂ ਦੀਆਂ ਮੂਵੀਜ਼ ਨੂੰ ਜ਼ਿਆਦਾ ਤਵੱਜੋ ਮਿਲਦੀ ਹੈ ਜੀ ਸ਼ੁਰੂ ਤੋਂ ਲੈ ਕੇ ਅੱਜ ਤੱਕ ਦੀਆਂ, ਅਤੇ ਹੁਣ ਫਿਲਹਾਲ ਕਿੱਦਾਂ ਦੀਆਂ ਮੂਵੀਜ਼ ਨੂੰ ਜ਼ਿਆਦਾ ਪਰਫਾਰਮੈਂਸ? ਮੈਂ ਹੁਣ ਜੀ ਪਹਿਲਾਂ ਇਹ ਸਿਨੇਮੇ ਤਾਂ ਬਹੁਤ ਚੱਲਦੇ ਸੀਗੇ, ਮਤਲਬ ਇੱਥੇ 20-25 ਹਫ਼ਤੇ ਫਿਲਮ ਚੱਲਦੀਆਂ ਸੀਗੀਆਂ ਸਾਡੇ ਕੋਲੋਂ। ਨਾਨਕ ਨਾਮ ਜਾਜ ਪਿਕਚਰ ਲੱਗੀ ਹੋਈ ਸੀ ਪਹਿਲਾਂ, ਅੱਜ ਵੀ ਪੋਸਟਰ ਲੱਗਿਆ ਹੋਇਆ ਤਾਂ ਬਹੁਤ ਵਧੀਆ। ਇਹ ਪਹਿਲਾਂ ਅਸੀਂ ਪੋਸਟਰ ਆਉਂਦੇ ਸੀ, ਇਹ ਸਾਨੂੰ ਉਹਦੇ ਨਾਲ ਫਰੇਮ 'ਚ ਕਰਕੇ ਆ ਗਈ ਆ, ਪੇਂਟਿੰਗ ਹੱਥ ਨਾਲ ਬਣਾਈ ਹੋਈ ਹੈਗੀ ਹਜੇ ਵੀ ਸਾਡੇ ਲੱਗੀ ਦਫ਼ਤਰ 'ਚ। ਮਤਲਬ 25-25 ਹਫ਼ਤੇ ਫਿਲਮਾਂ ਚੱਲਦੀਆਂ ਸੀਗੀਆਂ, ਉਤਰਦੀਆਂ ਸੀ 25-25 ਹਫ਼ਤੇ, ਰਸ਼ ਹੀ ਰਹਿੰਦਾ ਸੀਗਾ, ਸੀਟਾਂ ਫੁੱਲ ਹੀ ਹੁੰਦੀਆਂ ਸੀਗੀਆਂ, ਇੰਨਾ ਚੱਲਦਾ ਸੀਗਾ। ਪਰ ਹੁਣ ਚੇਂਜਿਸ ਆ ਗਈਆਂ, ਮਲਟੀਪਲੈਕਸ ਆ ਗਏ ਅਤੇ ਪਬਲਿਕ ਮਲਟੀਪਲੈਕਸਾਂ 'ਚ ਜਾਣਾ ਜ਼ਿਆਦਾ ਪਸੰਦ ਕਰਦੀ ਹੈ, ਹੁਣ ਸਿੰਗਲ ਸਕਰੀਨ 'ਚ ਥੋੜ੍ਹੇ ਟਾਈਮ ਨਾਲ ਚੇਂਜ ਹੋ ਗਿਆ, ਇਸ ਕਰਕੇ ਹੁਣ ਪਬਲਿਕ ਥੋੜ੍ਹਾ ਘੱਟ ਆਉਂਦੀ ਹੈ। ਜਿਹੜਾ ਇਹ ਸਿੰਗਲ ਸਕਰੀਨ ਨੂੰ ਘੱਟ ਤਵੱਜੋ ਮਿਲ ਰਹੀ ਹੈ, ਮਲਟੀਪਲੈਕਸ ਨੂੰ ਜ਼ਿਆਦਾ ਤਵੱਜੋ ਮਿਲ ਰਹੀ ਹੈ, ਇਹਦੇ ਪਿੱਛੇ ਕੋਈ ਖਾਸ? ਮਲਟੀਪਲੈਕਸ 'ਤੇ ਤਵੱਜੋ ਦਾ ਮਤਲਬ ਇਹ ਹੈ, ਉੱਥੇ ਇੱਕ ਤਾਂ ਮਲਟੀਪਲੈਕਸ ਹੋ ਗਿਆ, ਉੱਥੇ ਸ਼ੋਪਿੰਗ ਲਈ ਸ਼ੋਪਸ ਬਹੁਤ ਨੇ, ਹੋਰ ਸ਼ੋਪਿੰਗ ਲਈ ਸ਼ੋਪਸ ਹੋ ਗਈਆਂ, ਉੱਥੇ ਈਟਿੰਗ ਲਈ ਸ਼ੋਪਸ ਐਰਾ ਵਗੈਰਾ ਸਭ ਕੁਛ, ਪਬਲਿਕ ਜਾਂਦੀ ਹੈ ਉੱਥੇ, ਆਪਣੀ ਸ਼ੋਪਿੰਗ ਵੀ ਕਰਦੀ ਹੈ, ਖਾਣਾ ਪੀਣਾ ਉਹ ਵੀ ਕਰਦੀ ਹੈ, ਅਤੇ ਉਹਨਾਂ ਨਾਲ ਹੀ ਇੱਕੋ ਹੀ ਉਹਦੇ ਅੰਦਰ ਦਾਇਰੇ ਦੇ ਅੰਦਰ ਮੂਵੀ ਦੇਖਣ ਨੂੰ ਵੀ ਮਿਲ ਜਾਂਦੀ ਹੈ, ਸ਼ੋਪਿੰਗ ਵੀ ਕਰ ਲੈਂਦੇ ਨੇ,
ਅਤੇ ਥੋੜ੍ਹਾ ਜਿਹਾ ਉਹ ਸਾਰਾ ਇਹੀ ਮਤਲਬ ਵਾਤਾਅਨੁਕੂਲਿਤ ਹੁੰਦਾ। ਗਰਮੀਆਂ 'ਚ ਵਧੀਆ ਏ ਸੀ ਲੱਗੇ ਆ, ਸਰਦੀਆਂ 'ਚ ਗਰਮ ਲਈ ਬਲੋਰ ਲੱਗੇ ਆ, ਇਸ ਕਰਕੇ ਉਹ ਥੋੜ੍ਹਾ ਜ਼ਿਆਦਾ ਚੱਲਦੇ ਨੇ। ਦੋਸਤੋ ਜੋ ਇਹਨਾਂ ਨੇ ਦੱਸਿਆ ਕਿ ਮਲਟੀਪਲੈਕਸ ਨੂੰ ਜ਼ਿਆਦਾ ਤਵੱਜੋ ਮਿਲਦਾ, ਇੱਕ ਕਾਰਨ ਕਿ ਪੂਰੇ ਦੀ ਪੂਰੀ ਜੋ ਕਹਿ ਦਈਏ ਮਾਰਕੀਟ ਇੱਕ ਛੱਤ ਲਈ, ਬਿਲਕੁਲ ਬਿਲਕੁਲ ਅਵੇਲੇਬਲ ਹੈ, ਸਭ ਕੁਛ ਅਵੇਲੇਬਲ ਹੈ, ਇੱਥੇ ਇੱਕੋ ਛੱਤ ਲਈ ਇੱਕ ਸਾਰਾ ਕੁਝ। ਸਕਿਉਰਿਟੀ ਰੀਜ਼ਨ ਵੀ ਕਹਿ ਸਕਦੇ ਹਾਂ, ਉਹਨਾਂ ਨੇ ਮਤਲਬ ਉਹਨਾਂ ਨੇ ਆਪਣੀ ਸਿਕਿਉਰਿਟੀ ਹਾਇਰ ਕੀਤੀ ਹੁੰਦੀ ਹੈ, ਸਭ ਕੁਛ ਪਲੈਨਿੰਗ ਨਾਲ ਉਹਨਾਂ ਨੇ ਕੀਤਾ ਹੋਇਆ ਹੈਗਾ, ਉਹਦਾ ਥੋੜ੍ਹਾ ਜਿਹਾ ਹੈ ਰੀਜ਼ਨ। ਅਸੀਂ ਕਰ ਨਹੀਂ ਸਕਦੇ ਕਿਉਂਕਿ ਅਸੀਂ ਪਹਿਲਾਂ ਸੀਗੀ, ਪਰ ਹੁਣ ਸਾਡਾ ਕੰਮ ਥੋੜ੍ਹਾ ਡਾਊਨ ਹੈ, ਇਸ ਕਰਕੇ ਅਸੀਂ ਇੰਨੀ ਸਿਕਿਉਰਿਟੀ ਅਵੇਲੇਬਲ ਨਹੀਂ ਕਰ ਸਕਦੇ ਹਰ ਟਾਈਮ। ਔਰ ਸਰ ਸ਼ੋਅ ਕਿਹੜੇ ਕਿਹੜੇ ਚੱਲਦੇ ਆ? ਸ਼ੋਅ ਜੀ ਇਹਨੇ ਸ਼ੁਰੂ ਸਟਾਰਟਿੰਗ ਤੋਂ ਹੀ ਟਾਈਮ ਮਤਲਬ ਪਿਛਲੇ 20 ਕੁ ਸਾਲਾਂ ਤੋਂ ਤਾਂ ਇੱਕੋ ਹੀ ਟਾਈਮ ਚੱਲ ਰਿਹਾ ਹੈਗਾ, ਜਿਹੜੇ ਸਾਡੇ ਪੁਰਾਣੇ 2-3 ਥੀਏਟਰ ਨੇ, ਫੂਲ ਹੈ, ਮਾਲਵਾ ਸਾਡਾ ਕੈਪੀਟਲ ਹੈ, ਟੈਗੋਰ ਵੀ ਹੈ, ਉਹਨਾਂ ਦਾ ਟਾਈਮਿੰਗ ਇੱਕੋ ਹੀ ਹੈ। ਮਾਰਨਿੰਗ ਸ਼ੋਅ ਪਹਿਲਾਂ 10 ਵਜੇ ਹੈ, ਸੈਕਿੰਡ ਸ਼ੋਅ 12:30, ਫਿਰ 3:30, ਅਤੇ ਲਾਸਟ ਸ਼ੋਅ 6:30 ਵਜੇ। ਔਰ ਸਰ ਟੈਗੋਰ, ਮਾਲਵਾ ਔਰ ਜਿਹੜੇ ਇਹਨਾਂ ਦੇ ਵਿੱਚ ਕੋਈ ਆਪਸ ਵਿੱਚ ਤਾਂ ਨਹੀਂ ਹੈ ਅਟੈਚਮੈਂਟ ਜਾਂ? ਨਹੀਂ, ਸਾਡੀ ਅਟੈਚਮੈਂਟ ਹੈ ਕਿ ਹਾਂ ਠੀਕ ਹੈ, ਸਾਹ ਸਾਹਿਬ ਇੱਕ ਦੂਜੇ ਨੂੰ ਜਾਣਦੇ ਹੈ, ਮਿਲ ਕੇ ਚੱਲਦੇ ਹਾਂ, ਮਤਲਬ ਕੋਈ ਹਾਂ ਬਿਜ਼ਨਸ ਹੈ ਉਹ ਤਾਂ ਨਹੀਂ ਨਹੀਂ ਉਹ ਕੋਈ ਬਿਜ਼ਨਸ ਹੈ ਉਹ ਤਾਂ ਹਰੇਕ ਨੇ ਆਪਣੇ ਰਿਸਕ ਦੇ ਹਿਸਾਬ ਨਾਲ, ਆਪਣੇ ਅਪਰੋਚ ਦੇ ਹਿਸਾਬ ਨਾਲ ਚੱਲਦੇ ਆ, ਅਤੇ ਆਪਣਾ ਬਿਜ਼ਨਸ ਦੇਖ ਕੇ ਉਵੇਂ ਦੀ ਮੂਵੀ ਲੱਗਦੀ ਹੈ, ਮਤਲਬ ਕੋਈ ਐਸੀ ਕੋਈ ਗੱਲਬਾਤ ਨਹੀਂ ਹੈ। ਇਸ ਤੋਂ ਬਿਨਾਂ ਆਪਾਂ ਗੱਲ ਕਰਦੇ ਹਾਂ ਜੀ ਸਿਨੇਮੇ ਦੇ ਵਿੱਚ ਜੋ ਸਿਟਿੰਗ ਅਰੇਂਜਮੈਂਟ ਹੈ ਜੀ, ਸਿਟਿੰਗ ਅਰੇਂਜਮੈਂਟ ਕਿੱਦਾਂ ਦੀ ਹੈ ਔਰ ਕਿੰਨੀਆਂ ਸੀਟਿੰਗ ਹੈ ਜੀ? ਜਦੋਂ ਨਵਾਂ ਨਵਾਂ ਸਿਨੇਮਾ ਜੀ 1961 ਦੇ ਵਿੱਚ ਜਦੋਂ ਬਣਿਆ ਸੀਗਾ, ਉਦੋਂ ਇਹ ਸਿਨੇਮੇ 'ਚ ਸਿਰਫ ਹਾਲ ਹੁੰਦਾ ਸੀਗਾ, ਸੀਟਿੰਗ ਲਈ ਹਾਲ ਸੀਗਾ, ਅਤੇ ਹਾਲ ਦੇ ਵਿੱਚ ਉਦੋਂ 500 ਤੋਂ ਉੱਪਰ ਸੀਟ ਹੁੰਦੀ ਸੀ, ਅਤੇ ਉਸ ਤੋਂ ਬਾਅਦ ਅਸੀਂ 1998 ਦੇ ਵਿੱਚ ਇੱਥੇ ਬਾਲਕੋਨੀ ਬਣਾਈ, ਬਾਲਕੋਨੀ ਬਣਾਈ, ਫਿਰ 300 ਸੀਟ ਅਸੀਂ ਬਾਲਕੋਨੀ 'ਚ, ਅਤੇ 450 ਸੀਟ ਸਾਡੀ ਹਾਲ 'ਚ ਸੀ, ਪਰ ਕੁਛ ਸੁਰੱਖਿਆ ਉਹਦੇ ਕਰਕੇ ਗੌਰਮੈਂਟ ਦੇ ਰੂਲਾਂ ਦੇ ਹਿਸਾਬ ਨਾਲ ਅਸੀਂ ਕੁਛ ਸੀਟਾਂ ਕਢਾ ਤੀਆਂ ਉੱਪਰ, 270 ਕਰਤੀਆਂ, ਟੈਕਸ ਹੋ ਗਿਆ ਜਾਂ ਕੁਛ ਫਾਇਰ ਦੇ ਉਹਦੇ ਕਰਕੇ, ਸਕਿਉਰਿਟੀ ਰੀਜ਼ਨ ਕਰਕੇ ਉੱਪਰ 270 ਸੀਟ ਰਹਿ ਗਈ, ਅਤੇ ਨੀਚੇ ਸਾਡੀ 450 ਸੀਟ ਨੀਚੇ ਹਾਲ 'ਚ। ਔਰ ਇਸ ਤੋਂ ਬਿਨਾਂ ਗੱਲ ਕਰਦੀ ਹੈ ਜੀ ਦੋਸਤੋ, ਇੱਕ ਬਹੁਤ ਵੱਡੀ ਗੱਲ ਹੋਰ ਹੈ ਜੋ ਪ੍ਰਤਾਪ ਸਿੰਘ ਕੈਰੋਂ, ਜੋ ਮੈਂ ਪਹਿਲਾਂ ਤੁਹਾਨੂੰ ਦੱਸ ਚੁੱਕਿਆ, ਜੋ ਪੰਜਾਬ ਦੇ ਪੂਰਵ ਮੁੱਖ ਮੰਤਰੀ ਸੀਗੇ ਕੈਰੋਂ ਸਾਹਿਬ ਜੀ, ਅਤੇ ਉਹਨਾਂ ਨੇ ਇਸ ਦੀ ਜੋ ਓਪਨਿੰਗ ਕੀਤੀ ਸੀ, ਉਹਨਾਂ ਨੇ ਸਿਨੇਮਾ ਚਲਾਇਆ ਸੀ, ਅੱਜ ਵੀ ਉਹਨਾਂ ਦੇ ਅੰਡਰ ਚੱਲ ਰਿਹਾ ਹੈ, ਇਹਨਾਂ ਦੇ ਕੋਲ ਰੈਂਟ 'ਤੇ ਜੋ ਚੱਲ ਰਿਹਾ ਹੈ, ਅਤੇ ਇਸ ਦੀ ਇੱਕ ਹੋਰ ਬਹੁਤ ਵੱਡੀ ਖਾਸੀਅਤ ਹੈ, ਵੱਖਰੀ ਗੱਲ ਹੈ ਜੋ ਵੀ ਇਹਦੀ ਜੋ ਓਪਨਿੰਗ ਕਰਵਾਈ ਸੀਗੀ ਇੱਕ ਮੁਸਲਮਾਨ ਮੌਲਵੀ ਸੀ। ਹਾਂਜੀ ਹਾਂਜੀ, ਉਹ ਉਹਨਾਂ ਨੇ ਓਪਨਿੰਗ ਜਿਹੜੀ ਕਰਵਾਈ ਸੀ ਉਹ ਮੁਸਲਮਾਨ ਮੌਲਵੀ ਤੋਂ ਕਰਵਾਈ ਸੀਗੀ, ਹਾਂ ਸਾਡੇ ਕੋਲ ਉਦੋਂ ਦੀ ਫੋਟੋ ਦੀ ਗਰਾਫ ਵੀ ਮੌਜੂਦ ਹੈ, ਮੇਰੇ ਦਫ਼ਤਰ 'ਚ ਹਜੇ ਤੱਕ ਉਦੋਂ ਦੀ ਲੱਗੀ ਹੋਈ ਹੈਗੀ ਹੈ। ਠੀਕ ਹੈ, ਹਾਂਜੀ, ਅਤੇ ਸਰ ਇਸ ਦੇ ਵਿੱਚ ਇਸ ਤੋਂ ਬਿਨਾਂ ਗੱਲ ਆਉਂਦੀ ਹੈ ਪ੍ਰੋਜੈਕਟਰ ਔਰ ਸਾਊਂਡ ਕੁਆਲਿਟੀ, ਹਾਂਜੀ ਹਾਂਜੀ, ਕਿੱਦਾਂ ਦੀ ਸਾਊਂਡ ਕੁਆਲਿਟੀ ਹੈ? ਪਹਿਲਾਂ ਸਾਡੇ ਕੋਲ ਤਾਂ ਰੀਲਾਂ ਵਾਲੇ ਪ੍ਰੋਜੈਕਟ, ਪੁਰਾਣਾ ਪ੍ਰੋਜੈਕਟ ਚੱਲਦਾ ਸੀਗਾ, ਪਰ ਹੁਣ ਪਿਛਲੇ ਘੱਟੋ ਘੱਟ 6-7 ਸਾਲ ਤੋਂ ਡਿਜੀਟਲ ਪ੍ਰੋਜੈਕਟ ਨਵੇਂ ਜੋ ਚੱਲੇ ਨੇ ਉਹੀ ਅਸੀਂ ਚਲਾ ਰਹੇ ਹੈਗੇ ਹਾਂ। ਸਾਊਂਡ ਕੁਆਲਿਟੀ ਐਂ ਹੈ ਕਿ ਸਾਊਂਡ ਕੁਆਲਿਟੀ ਹੈ ਤਾਂ ਪੁਰਾਣੀ ਹੈ, ਪਰ ਇਹ ਮਤਲਬ ਜੋ ਵਧੀਆ ਕੁਆਲਿਟੀ ਹੈ, ਸਾਡੇ ਕੋਲ US ਦਾ ਸਿਸਟਮ ਲੱਗਿਆ ਹੋਇਆ ਹੈਗਾ, ਉਹ ਪੁਰਾਣਾ ਹੀ ਸਿਸਟਮ ਹੈ ਪਰ ਬਹੁਤ ਬਿਹਤਰ ਸਿਸਟਮ ਹੈ, ਬਹੁਤ ਵਧੀਆ ਸਿਸਟਮ ਲੱਗਿਆ ਹੋਇਆ ਹੈਗਾ। ਸਾਊਂਡ ਕੁਆਲਿਟੀ ਸਾਡੀ ਬਹੁਤ ਮੰਨੀ ਹੋਈ ਹੈ, ਬਹੁਤ ਸ਼ਹਿਰ 'ਚ ਮਤਲਬ ਬਾਕੀ ਸਿਨੇਮੇ ਨਾਲ ਸਾਡੀ ਸਾਊਂਡ ਕੁਆਲਿਟੀ ਅਤੇ ਪਿਕਚਰ ਕੁਆਲਿਟੀ ਬਹੁਤ ਵਧੀਆ ਹੈ। ਠੀਕ ਹੈ ਜੀ, ਹੁਣ ਤੱਕ ਸਿਨੇਮੇ ਦੇ ਵਿੱਚ ਬਹੁਤ ਤਰ੍ਹਾਂ ਦੇ ਦੌਰ ਲੰਘੇ ਹੈ,
ਤੇ ਕਦੇ ਕੋਈ ਅਣਸੁਖਾਵੀ ਘਟਨਾ ਤਾਂ ਨਹੀਂ ਸਿਨੇਮੇ ਦੇ ਅੰਦਰ ਵਾਪਰੀ ਜੀ? ਨਹੀਂ ਅੱਜ ਤੱਕ ਤਾਂ ਨਹੀਂ ਮੇਰੇ ਹੁੰਦੇ ਵੀ ਨਹੀਂ ਵਾਪਰੀ, ਥੋੜ੍ਹਾ ਬਹੁਤ ਚੱਲਦਾ ਰਹਿੰਦਾ, ਪਰ ਕਦੇ ਅਣਸੁਖਾਵੀ ਕਦੇ ਨਹੀਂ ਵਾਪਰੀ। ਕਦੇ ਹੁੰਦਾ ਕੋਈ ਜਦੋਂ ਰਸ਼ ਜ਼ਿਆਦਾ ਹੁੰਦਾ ਤਾਂ ਪਬਲਿਕ ਨੂੰ ਥੋੜ੍ਹਾ ਸਾਹਮਣਾ ਉਦੋਂ ਔਖਾ ਹੁੰਦਾ, ਅਦਰਵਾਈਜ਼ ਕੋਈ ਉਹਦੇ ਪ੍ਰੋਬਲਮ ਆਈ ਨਹੀਂ ਹੈ। ਅਤੇ ਸਿਨੇਮੇ ਦੇ ਵਿੱਚ ਕਦੇ ਕੋਈ ਫਿਲਮੀ ਹਸਤੀ ਵੀ ਆਈ ਹੋਏਗੀ ਜੀ ਉਹਨਾਂ ਦਾ? ਹਾਂਜੀ, ਵੈਸੇ ਜਦੋਂ ਫਿਲਮਾਂ ਲੱਗਦੀਆਂ ਸੀਗੀਆਂ ਨਵੀਆਂ, ਹੁਣ ਵੀ ਸਾਡੇ ਕੋਲ ਪੰਜਾਬੀ ਫਿਲਮਾਂ ਬਹੁਤ ਲੱਗੀਆਂ, ਅਸੀਂ ਲਾਈਆਂ, ਸਾਡੇ ਕੋਲ ਕਾਫੀ ਜਣੇ ਜੋ ਵੀ ਨਵੇਂ ਹੀਰੋ ਆਉਂਦੇ ਰਹੇ ਆ ਸਾਡੇ ਕੋਲ, ਕਾਫੀ ਵਾਰੀ ਮੇਰੇ ਕੋਲ ਦਫ਼ਤਰ 'ਚ ਬੈਠ ਕੇ ਇੱਥੇ ਓਪਨਿੰਗ 'ਤੇ ਵੀ ਆਉਂਦੇ ਰਹੇ। ਠੀਕ ਹੈ। ਔਰ ਕੋਈ ਖਾਸ ਜਿਹੜੀ ਹਸਤੀ ਆਈ ਉਹ ਤੁਹਾਨੂੰ ਅੱਜ ਤੱਕ ਯਾਦ ਹੋਵੇ? ਸਾਡੇ ਕੋਲ ਆਪਣਾ ਅਸੀਂ ਇੱਕ ਪਿਕਚਰ ਲਾਈ ਸੀਗੀ ਆਪਣਾ ਸਾਡਾ ਹੱਕ, ਹਾਂ ਉਹਦੇ ਜਿਹੜੇ ਹਾਂਜੀ ਐਕਟਰ ਸੀਗੇ ਉਹ ਵੀ, ਹਾਂਜੀ ਉਹ ਸਾਡੇ ਕੋਲ ਆਏ ਸੀਗੇ, ਉਹਨਾਂ ਦੀ ਪਿਕਚਰ ਸ਼ਹਿਰ 'ਚ ਕਿਤੇ ਹੋਰ ਲੱਗੀ ਨਹੀਂ ਸੀ, ਉਹ ਲੱਗ ਵੀ ਨਹੀਂ ਰਹੀ ਸੀ, ਉਹ ਅਸੀਂ ਚਲੋ ਲਗਾਈ ਸੀਗੀ ਇੱਥੇ ਪਿਕਚਰ, ਅਤੇ ਉਹ ਵਧੀਆ ਗਈ ਸੀ, ਰਿਸਪੋਂਸ ਮਿਲਿਆ ਸੀ, ਉਹਨਾਂ ਦੀ ਸਾਰੀ ਟੀਮ ਐਕਟਰ ਆਪ ਹੀਰੋਇਨ ਜੋ ਵੀ ਸਾਰੇ ਸਾਡੇ ਕੋਲ ਇੱਥੇ ਆਏ ਸੀ। ਉਸ ਤੋਂ ਇਲਾਵਾ ਸਾਡੇ ਕੋਲ ਹੋਰ ਵੀ ਆਪਣਾ ਬੋਲੀਵੁੱਡ, ਹਿੰਦੀ ਬੋਲੀਵੁੱਡ ਤੋਂ ਵੀ ਇੱਥੇ ਆਏ ਸੀਗੇ, ਅਤੇ ਜਿਹਨਾਂ ਵਿੱਚੋਂ ਅੱਜ ਕੱਲ੍ਹ ਦੀ ਮਸ਼ਹੂਰ ਐਕਟਰੈਸ ਆਪਣਾ ਨਹੀਂ ਨਹੀਂ ਉਹ ਉਹਨਾਂ ਦੇ ਪਿੱਛੇ ਜੇ ਹੋਣੀ ਜੁੜਵਾ ਟੂ ਜਿਹੜੀ ਐਕਟਰਸ ਹੈਗੀ ਹੈ ਹਿੰਦੀ ਐਕਟਰਸ, ਉਹ ਆਏ ਸੀਗੇ, ਉਹਦਾ ਨਾਂ ਤਾਪਸੀ ਪੰਨੂ, ਹਾਂਜੀ ਹਾਂਜੀ ਉਹ ਵੀ ਆਏ ਸੀ। ਔਰ ਸਰ ਅੱਤਵਾਦ ਦਾ ਦੌਰ ਵੀ ਜਿੱਦਾਂ ਕਦੇ 1984 ਦਾ ਟਾਈਮ, ਹਾਂਜੀ ਹਾਂਜੀ ਉਹਦੇ ਵਿੱਚ ਕੋਈ ਕਦੇ ਨਹੀਂ ਕੋਈ ਅਣਸੁਖਾਵੀ ਨਹੀਂ ਘਟਨਾ ਕਦੇ ਵੀ ਨਹੀਂ ਹੋਈ ਹੈਗੀ। ਹਾਂ ਜਦੋਂ ਕੁਛ ਬੰਦ ਕਦੋਂ ਸਾਨੂੰ ਲੱਗਦਾ ਸੀਗਾ, ਸਾਨੂੰ ਪਹਿਲੀ ਗੌਰਮੈਂਟ ਵੱਲੋਂ ਆ ਜਾਂਦੇ ਨੇ ਕਿ ਹਾਂ ਤੁਸੀਂ ਸਿਨੇਮੇ ਨੂੰ ਕੋਈ ਐਸੀ ਗੱਲ ਨਾ ਹੋਈ ਤਾਂ ਇਹਨੂੰ ਬੰਦ ਕਰ ਦਿਉ, ਅਸੀਂ ਉਦੋਂ ਇਹਨੂੰ ਆਪਣੇ ਪਹਿਲੀ ਦੇਖਦੇ ਹੋਏ ਬੰਦ ਕਰ ਦਿੰਦੇ ਸੀਗੇ। ਤੁਸੀਂ ਇੱਕ ਸਾਡਾ ਹੱਕ ਮੂਵੀ ਦਾ ਜ਼ਿਕਰ ਕੀਤਾ ਜੀ, ਸਾਡਾ ਹੱਕ ਮੂਵੀ ਜੋ ਸੀਗੀ ਸਾਰੇ ਕਿਤੇ ਨਹੀਂ ਲੱਗੀ ਸੀ, ਉਹਦਾ ਨਾਂ ਲੱਗਣ ਦਾ ਰੀਜ਼ਨ ਇਹ ਸੀ ਕਿ ਮਨਜ਼ੂਰੀ ਨਹੀਂ ਮਿਲੀ ਸੀਗੀ ਉਹਨੂੰ ਜਾਣ ਉਹਦਾ। ਹਾਂ ਨਹੀਂ ਕੁਛ ਕੁਛ ਪਬਲਿਕ ਨੇ ਕੁਛ 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 ਪਬਲਿਕ ਐਸੀ ਜਿਹੜੇ ਉਹਦੇ ਵਿਰੋਧ ਸੀ ਫਿਲਮ ਦੇ ਨਾਂ ਚਲਾਉਣ ਦੇ, ਇਸ ਕਰਕੇ ਵੀ ਕੋਈ ਐਸੀ ਘਟਨਾ ਨਾ ਹੋਵੇ ਤਾਂ ਕਰਕੇ ਨਹੀਂ ਲੱਗਣੀ ਸੀ, ਪਰ DC ਵੱਲੋਂ ਸਾਨੂੰ ਇਹ ਹੁਕਮ ਉਹਨਾਂ ਵੱਲੋਂ ਪਾਸ ਕਰ ਦਿੱਤੀ ਗਈ, ਸੈਂਸਰ ਵੱਲੋਂ ਤਾਂ DC ਦੇ ਹੁਕਮ ਸੀ ਤੁਸੀਂ ਚਲਾਉਣੀ ਹੈ ਪਿਕਚਰ, ਤੁਹਾਨੂੰ ਅਸੀਂ ਸਿਕਿਉਰਿਟੀ ਪੂਰੀ ਦੇਵਾਂਗੇ, ਅਤੇ ਫਿਰ ਉਹਨੇ ਸਾਨੂੰ ਸਿਕਿਉਰਿਟੀ ਦਿੱਤੀ, ਸਾਨੂੰ ਕੋਈ ਪ੍ਰੋਬਲਮ ਨਹੀਂ ਆਈ ਚਲਾਉਣ 'ਚ। ਦੋਸਤੋ ਜੋ ਬਹੁਤ ਵੱਡੀ ਗੱਲ ਆ, ਸਾਡਾ ਹੱਕ ਮੂਵੀ ਜੋ ਕੰਟਰੋਵਰਸੀ ਦਾ ਮੁੱਦਾ ਰਹੀ ਹੈ ਉਹ ਇੱਥੇ ਪਟਿਆਲਾ ਦੇ ਵਿੱਚ ਕਿਸੇ ਸਿਨੇਮਾ ਦੇ ਵਿੱਚ ਨਹੀਂ ਲੱਗੀ ਸੀ ਜੋ ਇਹਨਾਂ ਨੇ ਚਲਾਈ ਸੀਗੀ। ਸਿਨੇਮਾ ਬਹੁਤ ਵੱਖਰੀ ਤਰ੍ਹਾਂ ਤੋਂ ਚੱਲਦਾ ਆ ਰਿਹਾ ਸ਼ੁਰੂ ਤੋਂ ਲੈ ਕੇ, ਵੱਖਰੀਆਂ ਵੱਖਰੀਆਂ ਗੱਲਾਂ ਆਪਾਂ ਇਹਨਾਂ ਤੋਂ ਅੱਗੇ ਹੋਰ ਜਾਣਕਾਰੀ ਲੈਂਦੇ ਹਾਂ। ਸਿਨੇਮੇ ਦੇ ਵਿੱਚ ਜੋ ਇਸ ਤੋਂ ਬਾਅਦ ਗੱਲ ਆਉਂਦੀ ਹੈ ਵੀ ਮੂਵੀ ਲੱਗਦੀ ਹੈ ਜੀ, ਪਹਿਲਾਂ ਕਿਰਾਏ 'ਤੇ ਲੱਗਦੀ ਸੀਗੀ, ਹਾਂਜੀ ਹਾਂਜੀ, ਅਤੇ ਹੁਣ ਕੋਈ ਸ਼ੇਅਰ ਦਾ ਜਾਂ ਕਿੱਦਾਂ? ਹਾਂਜੀ ਨਹੀਂ ਪਹਿਲਾਂ ਵੀ ਕਿਰਾਏ 'ਤੇ, ਇਹਦੇ ਕਈ ਸਿਸਟਮ ਨੇ, ਕਈ ਸਿਸਟਮ 'ਚ ਕੈਟਾਗਰੀਆਂ 'ਚ ਆਉਂਦੀ ਹੈ ਫਿਲਮ, ਮਤਲਬ ਕਿਰਾਏ ਪਰਸੈਂਟੇਜ 'ਤੇ ਵੀ ਲੱਗਦੀ ਹੈ ਅਤੇ ਕਿਰਾਏ 'ਤੇ ਵੀ ਲੱਗਦੀ ਹੈ, ਫਿਕਸ ਹਾਇਰ ਵੀ ਹੁੰਦੀ ਹੈ, ਜਦੋਂ ਥੋੜ੍ਹੀ ਪੁਰਾਣੀ ਪਿਕਚਰ ਹੋ ਜਾਂਦੀ ਹੈ ਅਸੀਂ ਉਹਨੂੰ ਫਿਕਸ ਹਾਇਰ 'ਤੇ ਲੈ ਲੈਂਦੇ ਹਾਂ, ਜਦੋਂ ਨਵੀਂ ਪਿਕਚਰ ਲੱਗਦੀ ਹੈ ਉਹਦੇ 'ਚ ਕੁਛ ਪਰਸੈਂਟੇਜ ਹੁੰਦੀ ਹੈ, ਜਾਂ ਫਿਰ ਉਹ ਅਸੀਂ ਉਹਨਾਂ ਨੂੰ ਜਿਹੜਾ ਬ੍ਰੋਕਰ ਹੈ ਜਾਂ ਜਿਸ ਦੀ ਮਾਲਕ ਦੀ ਪਿਕਚਰ ਹੈ ਉਹਨੂੰ ਇਹ ਸਿਨੇਮਾ ਰੈਂਟ 'ਤੇ ਦੇ ਦੇਈਦਾ, ਅਤੇ ਫਿਰ ਕਈ ਤਰੀਕੇ ਨੇ ਫਿਲਮ ਲਾਉਣ ਦੇ। ਸਰ ਜਿੱਦਾਂ ਇਸ ਰੋਡ 'ਤੇ ਬਹੁਤ ਸਾਰੇ ਸਿਨੇਮੇ ਨੇ, ਆਲੇ ਦੁਆਲੇ ਦੇ ਸਿਨੇਮਿਆਂ ਤੋਂ ਤੁਹਾਨੂੰ ਅੱਜ ਕਿੱਦਾਂ ਦਾ ਮੁਕਾਬਲਾ ਮਿਲਿਆ? ਸਾਡੇ ਸਾਡਾ ਸਿਨੇਮਾ ਮਾਲ ਰੋਡ ਤੋਂ ਹੈ, ਹਾਂਜੀ, ਅਤੇ ਮਾਲ ਰੋਡ 'ਤੇ ਹੀ ਪਹਿਲਾਂ ਪੁਰਾਣੇ ਦਿਨ ਸਿਨੇਮੇ ਹੁੰਦੇ ਸੀਗੇ, ਜਿਹਦੇ ਵਿੱਚ ਫੁਹਾਰਾ ਚੌਂਕ ਕੋਲ ਮਾਲਵਾ ਅਤੇ ਦੂਜੇ ਫੂਲ ਹੈ ਅਤੇ ਮਾਲਵਾ ਹੈ, ਤੀਜਾ ਸਿਨੇਮਾ ਬਾਅਦ 'ਚ ਵੀ ਸਾਡਾ ਬਣਿਆ। ਠੀਕ ਹੈ ਜੀ। ਅਤੇ ਹੁਣ ਤਿੰਨੇ ਸਿਨੇਮੇ 'ਚ ਮਤਲਬ ਕੰਪੀਟੀਸ਼ਨ ਬਰਾਬਰ ਦਾ ਹੀ ਹੈ, ਕੋਈ ਅਪ ਡਾਊਨ ਵਾਲਾ ਗੱਲ ਨਹੀਂ, ਠੀਕ ਹੈ,
ਅਸੀਂ ਆਪਣਾ ਬਿਜ਼ਨਸ ਚਲਾ ਰਹੇ ਹਾਂ ਠੀਕ ਹੈ, ਪਰ ਕੋਈ ਕੰਪੀਟੀਸ਼ਨ ਠੀਕ ਇੰਨਾ ਸਾਨੂੰ ਉਹਦੇ 'ਚ ਕੋਈ ਨਹੀਂ ਹੈ। ਅੱਜ ਦੇ ਟਾਈਮ 'ਚ ਕਿੰਨੀ ਕੁ ਐਡਵਰਟਾਈਜ਼ ਮਿਲ ਰਹੀ ਹੈ ਸਿਨੇਮੇ ਨੂੰ, ਕਿੰਨਾ ਕੁ ਤੁਹਾਡੇ ਹਿਸਾਬ ਨਾਲ ਸਿੰਗਲ ਸਕਰੀਨ ਹੋ ਕੇ ਵੀ ਜੋ ਚੱਲ ਰਿਹਾ ਹੈ ਸਿਨੇਮਾ, ਕਿੰਨਾ ਕੁ ਚੱਲ ਰਿਹਾ ਜਾਂ ਅੱਜ ਦੇ ਟਾਈਮ 'ਚ ਇਹ ਸਿਨੇਮਾ ਮਤਲਬ ਪਹਿਲਾਂ ਤਾਂ ਬਹੁਤ ਚੱਲਦੇ ਸੀਗੇ, ਪਹਿਲਾਂ ਤਾਂ ਮਤਲਬ ਤੁਸੀਂ ਕੋਈ ਹਿਸਾਬ ਨਹੀਂ ਕਹਿ ਸਕਦੇ, ਪਰ ਅੱਜ ਦੇ ਟਾਈਮ 'ਚ ਚੱਲ ਰਹੇ ਹੈ ਕਿਉਂਕਿ ਹੁਣ ਇਹ ਸਿਨੇਮੇ ਜਿਹੜੇ ਸਿੰਗਲ ਸਕਰੀਨ ਨੇ ਟਾਈਮ 'ਚ ਇਹਦੇ ਬੰਦ ਹੋਣ 'ਤੇ ਆਏ ਹੋਏ ਨੇ। ਇਹ ਤਾਂ ਤੁਸੀਂ ਚਲਾ ਰਹੇ ਹੋ ਇੰਨਾ ਹੀ ਬਹੁਤ ਹੈ, ਅਤੇ ਪਰ ਅਸੀਂ ਚਲਾ ਰਹੇ ਹਾਂ ਅਤੇ ਬਿਜ਼ਨਸ ਵੀ ਕੱਢ ਰਹੇ ਹਾਂ, ਅਤੇ ਮੇਰੇ ਨਾਲ ਮੇਰਾ ਸਟਾਫ ਵੀ ਹੈ, ਕਾਫੀ ਮੈਂਬਰ ਵੀ ਕੰਮ ਕਰਦੇ ਨੇ, ਅਤੇ ਸਭ ਨੂੰ ਅਸੀਂ ਤਨਖਾਹ ਵੀ ਪੂਰੇ ਟਾਈਮ 'ਤੇ ਦੇ ਰਹੇ ਹਾਂ। ਸਿਨੇਮੇ ਦੇ ਆਪ ਦੇ ਖਰਚੇ ਬਹੁਤ ਨੇ, ਇਹਨੂੰ ਪਾਸ ਕਰਾਉਣਾ ਬਹੁਤ ਕੁਛ ਹੈ, ਫਿਲਮ ਵੀ ਲਾਉਣਾ, ਫਿਰ ਵੀ ਠੀਕ ਹੈ, ਫਿਰ ਵੀ ਅਸੀਂ ਚਲਾ ਰਹੇ ਹਾਂ, ਠੀਕ ਕੱਢ ਰਹੇ ਹਾਂ। ਦੋਸਤੋ ਅੱਜ ਦੇ ਟਾਈਮ ਵਿੱਚ ਸਿਨੇਮਾ ਚੱਲਦਾ ਰੱਖਣੀ ਬਹੁਤ ਵੱਡੀ ਗੱਲ ਹੁੰਦੀ ਹੈ, ਨਾਲ ਨਾਲ ਆਪਣਾ ਸਿਨੇਮੇ ਨੂੰ ਇੱਕ ਬਿਜ਼ਨਸ ਦੀ ਤਰ੍ਹਾਂ ਚਲਾ ਰਹੇ ਨੇ, ਬਹੁਤ ਵੱਡੀ ਗੱਲ ਆ। ਅੱਜ ਕੱਲ੍ਹ ਸਿਨੇਮਾ ਸਿੰਗਲ ਸਕਰੀਨ ਜਿੱਦਾਂ ਖਤਮ ਹੋਣ ਦੀ ਕਗਾਰ 'ਤੇ ਆ, ਸਾਰੇ ਸਿੰਗਲ ਸਕਰੀਨ ਵਾਰੀ ਵਾਰੀ ਬੰਦ ਹੋ ਰਹੇ ਹੈ, ਅਤੇ ਅੱਜ ਵੀ ਇਹ ਸਿਨੇਮਾ ਆਪਣੀ ਪਹਿਚਾਣ ਬਰਕਰਾਰ ਰੱਖੀ ਹੋਈ ਹੈ ਅਤੇ ਸਿਨੇਮਾ ਚੱਲ ਰਿਹਾ ਹੈ। ਦੋਸਤੋ ਆਪਾਂ ਇਹਨਾਂ ਤੋਂ ਹੋਰ ਜਾਣਕਾਰੀ ਲੈਣੀ ਹੈ ਕਿ ਮਲਟੀਪਲੈਕਸ ਬਣਾਉਣ ਬਾਰੇ ਸਰ ਕੋਈ ਅੱਗੇ ਵਿਚਾਰ ਹੈ ਜੀ? ਹਾਂਜੀ, ਸਾਡਾ ਮਲਟੀਪਲੈਕਸ ਬਣਾਉਣ ਵਾਲੇ ਚੱਲ ਰਹੀ ਹੈ, ਬੰਬੇ ਤੋਂ ਕੁਛ ਫਰਮਾਂ ਹੈ, ਕੰਪਨੀਆਂ ਹੈ ਜੋ ਖੁਦ ਹੀ ਬਣਾ ਕੇ ਦੇਣਾ ਚਾਹ ਰਹੀਆਂ ਨੇ, ਸਾਡੀ ਉਹਨਾਂ ਨਾਲ ਗੱਲ ਚੱਲ ਰਹੀ ਹੈ, ਆਉਣ ਵਾਲੇ ਟਾਈਮ 'ਤੇ ਸਾਡੀ ਪਲੈਨਿੰਗ ਹੈ, ਕਰਾਂਗੇ ਰੱਬ ਨੇ ਚਾਹੇ ਤਾਂ ਜ਼ਰੂਰ ਬਣੂਗਾ। ਠੀਕ ਹੈ ਸਰ, ਤੁਹਾਡੀਆਂ ਸਾਡੀਆਂ ਸ਼ੁਭ ਇਸ਼ਾਵਾਂ ਜੀ ਸਿਨੇਮੇ ਵਾਸਤੇ, ਪਰਮਾਤਮਾ ਕਰੇ ਕਿ ਜਲਦੀ ਤੋਂ ਜਲਦੀ ਤੁਹਾਡਾ ਇਹ ਜੋ ਮਲਟੀਪਲੈਕਸ ਵਾਲਾ ਸੁਪਨਾ ਪੂਰਾ ਹੋਵੇ, ਅਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ।